ਕਪੂਰਥਲਾ ਦੀ ਸੁਲਤਾਨਪੁਰ ਲੋਧੀ ਪੁਲਿਸ ਨੇ ਦੋ ਚੋਰ ਗਿਰੋਹਾਂ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਦੁਆਬਾ ਖੇਤਰ ਵਿੱਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਕਾਫ਼ੀ ਲੰਮੇ ਸਮੇਂ ਤੋਂ ਅੰਜਾਮ ਦੇ ਰਹੇ ਸਨ। ਪੁਲਿਸ ਨੇ ਇਹਨਾਂ ਚੋਰਾਂ ਕੋਲੋਂ 7 ਮੋਟਰਸਾਈਕਲ, 1 ਐਕਟਿਵਾ ਅਤੇ 1 ਟਰੈਕਟਰ ਬਰਾਮਦ ਕੀਤਾ ਹੈ। ਦੋਸ਼ੀਆਂ ਤੋਂ ਚੋਰੀ ਦੇ ਵਹੀਕਲਾਂ ਤੋਂ ਇਲਾਵਾ 520 ਨਸ਼ੀਲੇ ਕੈਪਸੂਲ ਵੀ ਬਰਾਮਦ ਹੋਏ ਹਨ। ਦੋਵੇਂ ਦੋਸ਼ੀ ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਪੁਲਿਸ ਦੀ ਪੁੱਛਗਿੱਛ ਦੇ ਦੌਰਾਨ ਇਹਨਾਂ ਦੋਸ਼ੀਆਂ ਤੋਂ ਹੋਰ ਸਮਾਨ ਬਰਾਮਦ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ। ਬਾਅਦ ਪੁੱਛਗਿੱਛ ਤੇ 8 ਮੋਟਰਸਾਈਕਲ ਤੇ 1 ਸਕੂਟਰੀ ਚੋਰੀ ਸੁਧਾ ਜਿਹੜੀ ਬਰਾਮਦ ਹੋਈ ਹੈ ਇਹਨਾਂ ਨੂੰ ਅੱਜ ਰਾਤ ਨੂੰ ਪੇਸ਼ ਅਦਾਲਤ 'ਚ ਕੀਤਾ ਗਿਆ ਅਤੇ ਮੰਗਲਵਾਰ ਤੱਕ ਇਹਨਾਂ ਨੇ ਪੁਲਿਸ ਮੰਗ ਲਿਆ ਇਹਨਾਂ ਕੋਲ ਹੋਰ ਕਾਫੀ ਮੋਟਰਸਾਈਕਲ ਹੋਰ ਚੋਰੀ ਸੁਧੀਆਂ ਗੱਡੀਆਂ ਮਿਲਦੀ ਸਵਾਰ ਨੂੰ ਇਹ ਕਿੱਥੋਂ ਦਾ ਇਹ ਫਿਰੋਜ਼ ਮੇਨ ਜਿਹੜਾ ਮੱਧਮਾ ਬਲਵੀਰ ਸਿੰਘ ਰਫੀਰੂ ਇਹ ਛੋਟੀਆਂ ਚੱਕੀਆਂ ਮਖੂ ਦਾ ਇਹਦੇ ਨਾਲ ਜਿਹੜਾ ਹੈਗਾ ਦੂਜਾ ਲਖਵਿੰਦਰ ਸਿੰਘ ਸਾਨੂੰ ਸੰਤਾ ਸਿੰਘ ਇਹ ਡਾਕਟਰੀ ਦੁਕਾਨ ਕਰਦਾ ਮਾਂਝਾ ਇਹ ਵੀ ਮਖੂ ਦਾ ਜੀ ਪਹਿਲਾਂ ਕੋਈ ਬਰਾਮਦ ਨਹੀਂ ਇਹਨਾਂ ਦੇ ਪਹਿਲਾਂ ਜਾਂ ਫਿਰੋਜ਼ਪੁਰ ਵੀ ਇਹਨਾਂ ਨੇ 15-20 ਮੋਟਰਸਾਈਕਲ ਬਰਾਮਦ ਇਹਨਾਂ ਪਹਿਲਾਂ ਕਰਾਏ ਇਹ ਜ਼ਿਆਦਾਤਰ ਇਹਨਾਂ ਬਿਰਸਾ ਤੋਂ ਅਤੇ ਗੁਰਜੰਦਰ ਤੋਂ ਆਪਣੇ ਏਰੀਏ 'ਚ ਚੋਰੀਆਂ ਕਰਕੇ ਪਾਰ ਲੈ ਜਾਂਦੇ ਆ ਉੱਥੇ ਆਮ ਤੌਰ 'ਤੇ ਜਿਹੜਾ ਕਹਿੰਦਾ ਮੇਰੇ ਘਰ ਆਈ ਬਿਮਾਰ 3000 ਰੁਪਈਆ 2500 ਰੁਪਏ ਜਿਹੜੇ ਮਿਲਦੇ ਉਹ ਲੈ ਕੇ ਉਹਨਾਂ ਦੇ ਉਹਨਾਂ ਮੁੜ ਕੇ ਲੈਂਦਾ ਜੀ ਉੱਥੇ ਜੀ ਆਪਣਾ ਇਹ ਫੜੇ ਆਪਣੇ ਮੇਨ ਰੋਡ 'ਤੇ ਜਿਹੜਾ ਇੱਥੇ ਇਹਨਾਂ ਜਿਹੜਾ ਚੱਲ ਰਹੀਆਂ ਵਾਲਾ ਉੱਥੇ ਮੋਟਰਸਾਈਕਲ ਰੱਖੇ ਸੀ ਉਹ